ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪਟਵਾਰੀ ਦੇ ਪੇਪਰ ਦੀ ਤਿਆਰੀ ਫ੍ਰੀ ਵਿੱਚ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਬਾ ਦਿਓ ਇਸ ਵੀਡੀਓ ਵਿੱਚ ਮੈਂ 50 ਨੰਬਰ ਦਾ ਮੌਕ ਟੈਸਟ ਲੈ ਕੇ ਆਇਆ ਹਾਂ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡੀ ਤਿਆਰੀ ਹੈ ਜਿਹੜੀ ਪਟਵਾਰੀ ਦੀ ਉਹ ਕਿੱਥੇ ਤੱਕ ਪਹੁੰਚੀ ਹੈ ਤੇ ਕਿਵੇਂ ਚੱਲ ਰਹੀ ਹੈ ਠੀਕ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪਟਵਾਰੀ ਦਾ ਜਿਹੜਾ ਪੇਪਰ ਹੈ ਉਸ ਦੇ ਵਿੱਚ ਬਹੁਤ ਹੀ ਘੱਟ ਸਮਾਂ ਰਹਿ ਗਿਆ ਹੈ ਸੋ ਸਾਰੇ ਜਾਣਿਆਂ ਨੇ ਤੁਸੀਂ ਇਹ ਮੌਕ ਟੈਸਟ ਜ਼ਰੂਰ ਦੇਣਾ ਹੈ ਠੀਕ ਹੈ ਇਸ ਦੇ ਵਿੱਚ ਮੈਥ ਤੋਂ ਇਲਾਵਾ ਸਾਰੇ ਟੋਪਿਕ ਮੈਂ ਹੋਰ ਕਵਰ ਕਰਿਆ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਜੋ ਪੰਜਾਬ ਪਟਵਾਰੀ ਦਾ ਸਿਲੇਬਸ ਹੈ ਠੀਕ ਹੈ ਤੇ ਪਲੇਲਿਸਟ ਵੀ ਮੈਂ ਬਣਾਈ ਹੋਈ ਹੈ ਟੋਪਿਕ ਵਾਈਜ਼ ਹਰ ਇੱਕ ਸਬਜੈਕਟ ਦੀ ਇਸ ਮੌਕ ਟੈਸਟ ਨੂੰ ਦੇਣ ਤੋਂ ਬਾਅਦ ਉਹ ਵੀ ਤੁਸੀਂ ਦੇਖ ਲਓ ਮੈਂ ਤੁਹਾਨੂੰ ਦੱਸ ਦੂੰਗਾ ਕਿਵੇਂ ਦੇਖਣੀ ਹੈ ਠੀਕ ਹੈ ਚਲੋ ਆਪਾਂ ਸ਼ੁਰੂ ਕਰਦੇ ਹਾਂ ਇਸ ਮੌਕ ਟੈਸਟ ਨੂੰ ਮੈਂ ਕੁਐਸਚਨ ਬੋਲੂਗਾ ਆਪਸ਼ਨ ਤੁਸੀਂ ਆਪ ਰੀਡ ਕਰਿਓ ਥੋੜਾ ਜਿਹਾ ਮੈਂ ਟਾਈਮ ਦਵਾਂਗਾ ਆਨਸਰ ਦੇਣ ਲਈ ਠੀਕ ਹੈ ਨਾਲ ਦੀ ਨਾਲ ਤੁਸੀਂ ਲਿਖੀ ਜਾਓ ਤੁਹਾਡੇ ਕਿੰਨੇ ਆਨਸਰ ਗਲਤ ਹੋ ਰਹੇ ਹਨ ਐਂਡ ਵਿੱਚ ਮੈਨੂੰ ਦੱਸਿਓ ਕਮੈਂਟ ਕਰਕੇ ਤੁਹਾਡੇ ਕਿੰਨੇ ਆਨਸਰ ਸਹੀ ਹੋਏ ਠੀਕ ਹੈ ਬਿਨਾ ਤੁੱਕਾ ਲਗਾਏ ਦੱਸਿਓ ਕਿੰਨੇ ਸਹੀ ਹੋਏ ਚਲੋ ਸ਼ੁਰੂ ਕਰਦੇ ਆਂ ਵੀਡੀਓ ਨੂੰ ਫਰਸਟ ਕੁਐਸਚਨ ਹੈ ਦਿਵਿਆ ਸਿੰਘ ਪਵਾਰ ਅਤੇ ਐਲਿਬਨਲ ਵਾਲਾਰੀਵਨ ਜੋ ਹਾਲੀ ਵਿੱਚ ਖਬਰਾਂ ਵਿੱਚ ਸਨ ਕਿਸ ਖੇਡ ਨਾਲ ਜੁੜੇ ਹੋਏ ਹਨ ਆਪਸ਼ਨ ਤੁਹਾਡੇ ਸਾਹਮਣੇ ਆ ਦੇਖ ਲਓ ਇਸ ਦਾ ਰਾਈਟ ਆਨਸਰ ਹੋ ਦੇਗਾ ਮੈਂ ਦੱਸਣ ਲੱਗਿਆ ਹਾਂ ਜਲਦੀ ਸੋਚੋ ਤੁਸੀਂ ਸ਼ੂਟਿੰਗ অপਸ਼ਨ ਬੀ ਕਿਹੜਾ ਰਾਜ ਕੇਂਦਰ ਸ਼ਾਸਿਤ ਸ਼ਾਸਿਤ ਪ੍ਰਦੇਸ਼ ਖੇਲੋ ਇੰਡੀਆ ਵਿంటర్ ਗੇਮਸ 2021 ਦਾ ਮੇਜ਼ਬਾਨ ਹੈ ਸੋਚੋ ਆਨਸਰ ਰਾਈਟ ਆਨਸਰ ਹੈ ਜੇ ਤੁਸੀਂ ਬੀ অপਸ਼ਨ ਚੁਣਿਆ ਤਾਂ ਬਿਲਕੁਲ ਸਹੀ ਹੈ ਉਹ ਜੰਮੂ ਐਂਡ ਕਸ਼ਮੀਰ ਕਿਹੜਾ ਮਹਾਨ ਯੁੱਧ 1914 ਤੇ 1918 ਸਾਲ ਦੇ ਵਿਚਕਾਰ ਲੜਿਆ ਗਿਆ ਜਲਦੀ ਦੱਸੋ ਆਨਸਰ ਰਾਈਟ ਆਨਸਰ ਹੈ ਪਹਿਲਾ ਵਿਸ਼ਵ ਯੁੱਧ ਇੱਥੇ ਲਿਖਿਆ ਵਿੱਚੋਂ ਕਿਹੜਾ ਵੇਦ ਪਹਿਲਾਂ ਸੰਕਲਿਤ ਕੀਤਾ ਗਿਆ Right आंसर इस दा, इस दा राइट आंसर हो जाएगा ऑप्शन ए ऋग्वेद वैदिक काल दौरान सरकार का रूप थी सो करेक्ट आंसर इज द इज द राइट आंसर हो जाएगा राजतंत्र ऑप्शन डी ਪ੍ਰिवेंशन ਟੂ ਇਨਸਲਟ ਟੂ ਨੈਸ਼ਨਲ ਆਨਰ ਐਕਟ ਕਦੋਂ ਪਾਸ ਕੀਤਾ ਗਿਆ ਸੀ ਸੋਚੋ ਜਲਦੀ ਸਹੀ ਅਨਸਰ ਆਪਸ਼ਨ ਟੀ 1971 ਦੇ ਵਿੱਚ ਚਿਲਕਾ ਝੀਲ ਕਿਸ ਰਾਜ ਵਿੱਚ ਹੈ ਰਾਈਟ ਆਨਸਰ ओडिशा ऑप्शन सी नेक्स्ट क्वेश्चन है एना ਵਿੱਚੋਂ ਕਿਹੜਾ ਭਾਰਤ ਦਾ ਸਭ ਤੋਂ ਉੱਚਾ ਬਿੰਦੂ ਹੈ ਸਹੀ ਆਨਸਰ ਹੈ ਕੰਚਨਜੰਗਾ ਆਪਸ਼ਨ 3 ਭਾਰਤੀ ਸੰਵਿਧਾਨ ਡੀ ਕਿਹੜੀ ਤਾਰਾ ਸਵੈ ਇਛਤ ਵਿਦੇਸ਼ੀ ਰਾਜ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨਾਲ ਸੰਬੰਧਿਤ ਹੈ ਰਾਈਟ ਆਨਸਰ ਮੈਂ ਦੱਸਣ ਲੱਗਿਆ ਆਰਟੀਕਲ 9 অপਸ਼ਨ ਡੀ ਆਸਕਰ ਲਈ ਨਾਮਜ਼ਦ ਪਹਿਲੀ ਭਾਰਤੀ ਫਿਲਮ ਕਿਹੜੀ ਹੈ राइट आंसर मदर इंडिया ऑप्शन सी नेक्स्ट क्वेश्चन किस पोषक तत्व ਨੂੰ ਪੌਦੇ ਨੂੰ ਜ਼ਰੂਰਤ ਨਹੀਂ ਹੁੰਦੀ ਕਿਸ ਪੋਸ਼ਕ ਤੱਤ ਦੀ राइट आंसर ਮੈਂ ਦੱਸਣ ਲੱਗਿਆ ਆਇਓਡੀਨ অপਸ਼ਨ ਬੀ ਪ੍ਰਤਾਪ ਸੀ 50 ਕਿਸ ਦੀ ਕਿਸਮ ਹੈ ਸਹੀ ਉੱਤਰ ਤੀਲ ਆਪਸ਼ਨ ਸੀ ਪੀਐਲ 807 ਬੀਜੀਐਮ 201 ਪੀਐਲ 426 ਕਿਸ ਫਸਲ ਦੀਆਂ ਕਿਸਮਾਂ ਹਨ ਰਾਈਟ ਆਨਸਰ ਜੋ ਆਪਸ਼ਨ ਡੀ ਪੰਜਾਬ ਰਾਜ ਬੀਜ ਨਿਗਮ ਲਿਮਟਿਡ ਕਦੋਂ ਸਥਾਪਿਤ ਹੋਈ 1976 ਦੇ ਵਿੱਚ অপਸ਼ਨ ਸੀ ਰਾਈਟ ਆਨਸਰ نیشنل ਅਕੈਡਮੀ ਆਫ ਐਗਰੀਕਲਚਰਲ ਰਿਸਰਚ ਐਂਡ ਮੈਨੇਜਮੈਂਟ ਕਿੱਥੇ ਹੈ ਰਾਈਟ ਆਨਸਰ অপਸ਼ਨ A ਹਦਰਾਬਾਦ ਨਿਮਨਲਿਖਤ ਵਿੱਚੋਂ ਕਿਹੜੀ ਮਿੱਟੀ ਰੈਗੂਰ ਸ਼ਬਦ ਨਾਲ ਸੰਬੰਧਿਤ ਹੈ सही आंसर हो जाएगा काली मिट्टी ऑप्शन बी हाइड्रोलॉजी एक विज्ञान है किस न संबंधित है सही उत्तर है सता भूमिगत पानी नेक्स्ट क्वेश्चन ਸਪ੍ਰਿੰਕਲਰ ਸਿਸਟਮਿਕ ਦੁਆਰਾ ਖੋਜ ਕੀਤੀ ਗਈ ਕਿਸ ਦੁਆਰਾ ਕੀਤੀ ਗਈ ਰਾਈਟ ਆਨਸਰ ਸਰ ਐਂਡਰੀ ਪਰਮਲੀ অপਸ਼ਨ 3 ਪੰਜਾਬ ਵਿੱਚ ਮੁੱਖ ਤੌਰ ਤੇ ਕਿੰਨੀ ਕਿਸਮ ਦੇ ਚੂਹੇ ਹਨ ਰਾਈਟ ਆਨਸਰ অপਸ਼ਨ ਡੀ ਅੱਠ ਤਰ੍ਹਾਂ ਦੇ ਚੱਕੀ ਹਾਰਾ ਦੀ ਖੁਰਾਕ ਕੀ ਹੈ ਰਾਈਟ ਆਨਸਰ অপਸ਼ਨ ਸੀ ਕੀੜੇ ਮਕੌੜੇ ਹੁਣ ਕੰਪਿਊਟਰ ਦੇ ਕੁਐਸਚਨ ਸ਼ੁਰੂ ਹੋ ਰਹੇ ਹਨ Various applications and documents are represented in on Window Desktop by Right answer icons, option D. Next question A dash is a unique name uh, that you may give to a file of information. यूनीक नेम दाइल नाइल नेम एक्सटेंशन ऑप्शन ए राइट आंसर डीएसएल इज एन एग्जाम्पल ऑफ बिच कनेक्शन राइट आंसर ब्रॉडबैंड ऑप्शन ए which of the following is different ਕਿਹੜਾ ਲੱਗ ਹੈ ਨਾ ਵਿੱਚੋਂ ਰਾਈਟ ਆਨਸਰ অপਸ਼ਨ ਸੀ ਅ ਪ੍ਰੋਗਰਾਮ ਇਨ ਐਗਜ਼ੀਕਿਊਸ਼ਨ ਇਜ਼ ਕਾਲਡ ਸਹੀ ਆਨਸਰ ਪ੍ਰੋਸੈਸ ਆਪਸ਼ਨ ਡੀ ਡਾਇਰੈਕਟ ਐਕਸ਼ਨ ਵਾਇਰਸ ਇਜ਼ ਆਲਸੋ ਨੋਨ ਐਸ ਡੈਸ਼ ਨੋਨ ਰੈਜ਼ੀਡੈਂਟ ਵਾਇਰਸ ਆਪਸ਼ਨ ਏ ਰਾਈਟ ਆਨਸਰ SMTP stands for ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ ਆਪਸ਼ਨ ਡੀ ਰਾਈਟ ਆਨਸਰ ਆਈਟੀ ਐਂਡ ਸਾਈਬਰ ਲਾ ਵਿੱਚ ਸੋਧ ਕਦੋਂ ਹੋਈ ਸਹੀ ਉੱਤਰ ਹੈ 2008 ਦੇ ਵਿੱਚ ਆਪਸ਼ਨ ਸੀ ਆਈਟੀ ਐਂਡ ਸਾਈਬਰ ਲਾ ਬਣਾਉਣ ਸਮੇਂ ਹੋਰ ਕਿਹੜੇ ਐਕਟਾਂ ਵਿੱਚ ਸੋਧ ਹੋਈ ਸੀ ਪ੍ਰੋਗਤ ਸਾਰੇ অপশন ডি রাইট आंसर ਵਿਚੋ ਆਫ ਦਾ ਫੋਲੋਇੰਗ ਇਸ ਦਾ 스마트ফোন ওএস ਇਨਾ ਵਿਚੋ ਕਿਡਾ স্মার্টফোন ਦਾ অপারেটিং সিস্টেম ਹੈ রাইট आंसर ऑल ਆਫ ਦਾ ਅਬਵ অপশন ডি ਗਦਰ ਪਾਰਟੀ ਕਦੋਂ ਬਣੀ ਸੀ ਪੰਜਾਬ ਹਿਸਟਰੀ ਨਾਲ ਰਿਲੇਟਡ ਕੁਐਸਚਨ ਸ਼ੁਰੂ ਹੋ ਗਏ ਹੁਣ 1913 অপਸ਼ਨ A ਨਿਮਨ ਲਿਖਤ ਵਿੱਚੋਂ ਕੌਣ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਸੀ ਬਾਬਰ অপশন সি রাইট आंसर ਬਾਬਾ RAM ਸਿੰਘ ਦੇ ਗੁਰੂ ਕੌਣ ਸਨ অপশন ਤੁਹਾਡੇ ਸਾਹਮਣੇ ਦੇਖੋ রাইট आंसर ਸੋਚੋ ਜਲਦੀ অপশন ਡੀ ਪਾਲਕ ਸਿੰਘ 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਸ਼ਾਸਕ ਕੌਣ ਸੀ राइट आंसर दौलत खान लोदी अगला क्वेश्चन मास्टर तारा सिंह ਨੇ ਕਿਸਰ मास्टर तारा सिंह ਕਿਸ ਲਹਿਰ ਨਾਲ ਸੰਬੰਧੀ ਸਨ ਪੰਜਾਬੀ ਸੁੱਬਾ ਲਹਿਰ অপਸ਼ਨ ए राइट आंसर ਹੋ ਜੇਗਾ ਕਿਹੜੇ ਮੇਲੇ ਨੂੰ ਬਿਹੜੀਏ ਦਾ ਮੇਲਾ ਵੀ ਕਿਹਾ ਜਾਂਦਾ ਹੈ ਜਲਦੀ ਸੋਚੋ ਰਾਈਟ ਆਨਸਰ অপਸ਼ਨ ਸੀ ਜਰਗ ਦਾ ਮਿੱਲਾ ਤਿਲ ਪੱਤਰਾ ਸ਼ਮਾਸ ਅਤੇ ਬਾਗ ਹਨ ਰਾਈਟ ਆਨਸਰ ਇਜ਼ ਦਾ ਫੁਲਕਾਰੀ ਦੀਆਂ ਕਿਸਮਾਂ ਗੋਖੜ ਕਹਿਣਾ ਹੈ ਗੋਖੜ ਕਹਿਣਾ ਕਿੱਥੇ ਪਾਇਆ ਜਾਂਦਾ ਸਹੀ ਉੱਤਰ ਹੋ ਜਾਏਗਾ ਬਾਂ ਬਾਂ ਦਾ ਗਹਿਣਾ ਇਹ ਆਪਸ਼ਨ ਡੀ ਪਾਰਾ ਸ਼ਬਦ ਨਾਵ ਦੀ ਕਿਸਮ ਹੈ ਸਹੀ ਉੱਤਰ ਹੈ ਵਸਤੂਵਾਚਕ ਨਾਵ ਆਪਸ਼ਨ ਸੀ ਤੁੱਤਾਂ ਵਾਲਾ ਖੂਹ ਦਾ ਲੇਖਕ ਕੌਣ ਹੈ ਰਾਈਟ ਆਨਸਰ ਹੋ ਜਾਏਗਾ ਸੋਨ ਸਿੰਘ ਸੀਤਲ ਵਨ ਵਰਡ ਸਬਸਟੀਟਿਊਸ਼ਨ ਆਗੇ ਹੁਣ ਇਹ ਲੈਕ ਆਫ ਇਨਫ ਵਲੱਡ ਇਹਦੀ ਜਗ੍ਹਾ ਇੱਕ ਵਰਡ ਆਉਣਾ ਹੈ ਪੂਰੀ ਪੂਰੇ ਸੈਂਟੈਂਸ ਦੀ ਜਗ੍ਹਾ ਉਹ ਤੁਸੀਂ ਦੱਸਣਾ ਹੈ ਰਾਈਟ ਆਨਸਰ ਹੈ ਅਨੀਮੀਆ ਆਪਸ਼ਨ ਸੀ ਫਿਲਿੰਗ ਦਾ ਬਲੈਂਕਸ ਆਈ ਐਮ ਸਿਕ ਡੈਸ਼ ਥਿਸ ਸਮੈਲ ਰਾਈਟ ਆਨਸਰ ਹੋ ਜਾਏਗਾ ਆਫ ਆਪਸ਼ਨ ਸੀ ਸਿਨੋਨਿਮਸ ਆ ਗਏ ਮੂਵਿੰਗ ਦਾ ਦੱਸੋ ਸਿਨੋਨਿਮਸ ਰਾਈਟ ਆਨਸਰ ਹੋ ਜਾਏਗਾ ਇਸ ਦਾ ਸੋਚੋ ਆਪਸ਼ਨ ਬੀ ਸ਼ਿਫਟਿੰਗ ਅੰਟੋਨੀਅਮਸ ਬੇਸ ਦਾ ਅੰਟੋਨੀਅਮਸ ਦੱਸੋ ਇਸ ਦਾ ਰਾਈਟ ਆਨਸਰ ਹੈ ਹਾਈਟ ਆਪਸ਼ਨ ਬੀ ਫਿਲਿੰਗ ਦਾ ਬਲੈਂਕਸ देयर इज नो लिटिल होप डैश हिम Right answer, Option, राइट आंसर 4 ऑप्शन डी ਉਹਨਾਂ ਰੀਜ਼ਨਿੰਗ ਦੇ ਕੁਐਸਚਨ ਹੋ ਗਏ ਤੁਸੀਂ ਇਹ ਸੀਰੀਜ਼ ਪੂਰੀ ਕਰਨੀ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਸੋਲਵ ਕਰ ਸਕਦੇ ਹੋ ਰਾਈਟ ਆਨਸਰ অপਸ਼ਨ ਏ ਨੈਕਸਟ ਕੁਐਸਚਨ ਆਵਲੀ ਨੰਬਰ ਸੀਰੀਜ਼ ਹੈ ਇਹ ਵੀ ਤੁਸੀਂ ਕਰਨੀ ਹੈ ਸੋਲਵ ਰਾਈਟ ਆਨਸਰ ਇਸ ਦਾ ਹੋ ਜਾਏਗਾ ਆਪਸ਼ਨ ਸੀ ਨੈਕਸਟ ਕੁਐਸਚਨ ਹੈ ਵਿਚ ਵਰਡ ਡਸ ਨਾਟ ਬਿਲੋਂਗ ਵਿਦ ਦਾ ਅਦਰਸ ਇਨਾ ਵਿੱਚੋਂ ਇੱਕ ਇਹ ਜਿਹਾ ਵਰਡ ਹੈ ਜਿਹੜਾ ਹੋਰ ਨਾਲ ਮੇਲ ਨਹੀਂ ਖਾਂਦਾ ਕਿਹੜਾ ਵਰਡ ਹੈ ਉਹ ਕਾਰ ਆਪਸ਼ਨ ਡੀ ਫਾਈਂਡ ਦਾ ਆਡ ਨੰਬਰਸ ਲੈਟਰਸ ਫਰੋਮ ਦਾ ਗਿਵਨ ਅਲਟਰਨੇਟਿਵਸ ਇਹਨਾਂ ਚੋਂ ਆਡ ਨੰਬਰ ਜਾਂ ਲੈਟਰਸ ਤੁਸੀਂ ਫਾਈਂਡ ਕਰਨੇ ਆ ਰਾਈਟ ਆਨਸਰ ਆਪਸ਼ਨ ਸੀ ਲਾਸਟ ਕੁਐਸਚਨ ਹੈ ਇਨ ਸਰਟਨ ਕੋਡ ਲੈਂਗੁਏਜ ਕ੍ਰੀਏਟਿਵ ਇਸ ਰਿਟਰਨ ਐਸ ਬੀ ਡੀ ਐਸ ਬੀ ਐਫ ਜੂ ਜੀ ਐਸ ਉਹ ਇਜ਼ ਟ੍ਰਾਇੰਗਲ ਰਿਟਰਨ ਇਨ 댓 ਕੋਡ ਕ੍ਰੀਏਟਿਵ ਨੂੰ ਇਸ ਤਰ੍ਹਾਂ ਲਿਖ ਸਕਦੇ ਆਂ ਤਾਂ ਟ੍ਰਾਇੰਗਲ ਨੂੰ ਕਿਵੇਂ ਲਿਖੂਗੇ ਇਸ ਦਾ ਸਹੀ ਉੱਤਰ ਹੋ ਜੇਗਾ ਆਪਸ਼ਨ ਏ ਠੀਕ ਹੈ ਤੇ ਮੈਨੂੰ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਡੇ ਕਿੰਨੇ ਨੰਬਰ ਆਏ ਤੇ ਪਟਵਾਰੀ ਦੇ ਪੇਪਰ ਦੀ ਡੇਟ ਬਹੁਤ ਜ਼ਿਆਦਾ ਛੇਤੀ ਆ ਰਹੀ ਹੈ ਨੇੜੇ ਤੇ ਐਡਮਿਟ ਕਾਰਡ ਤੁਹਾਡੇ ਬਹੁਤ ਛੇਤੀ ਆ ਜਾਣੇ ਜਦੋਂ ਵੀ ਆਗੇ ਮੈਂ ਅਪਡੇਟ ਦੇ ਦੂੰਗਾ ਤੁਸੀਂ ਡਾਊਨਲੋਡ ਕਰ ਲਿਓ ਤੇ ਇੱਕ ਵੀਡੀਓ ਮੈਂ ਸਪੈਸ਼ਲ ਬਣਾਉਂਗਾ ਪੇਪਰ ਵਿੱਚ ਤੁਸੀਂ ਕੀ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਠੀਕ ਹੈ ਤਾਂ ਜੋ ਤੁਹਾਨੂੰ ਪੇਪਰ ਦੇਣ ਸਮੇਂ ਕੋਈ ਵੀ ਦਿੱਕਤ ਨਾ ਆਵੇ ਤੇ ਹੁਣ ਮੈਂ ਤੁਹਾਨੂੰ ਦੱਸਦਾ ਜੇ ਪਲੇਲਿਸਟ ਤੁਸੀਂ ਕਿਵੇਂ ਦੇਖਣੀ ਹੈ ਸਭ ਤੋਂ ਪਹਿਲਾਂ ਤੁਸੀਂ ਚੈਨਲ ਦੇ ਲੋਗੋ ਦੇ ਉੱਤੇ ਕਲਿੱਕ ਕਰਨਾ ਹੈ ਪਲੇਲਿਸਟ ਦੇਖਣ ਲਈ ਉਸ ਤੋਂ ਬਾਅਦ ਉੱਪਰ অপਸ਼ਨਸ ਆ ਜਾਣਗੇ ਇੱਥੇ ਦੇਖੋ ਪਲੇਲਿਸਟ ਦੇ অপਸ਼ਨ ਹੈ ਇਸ ਦੇ ਵਿੱਚ ਸਾਰੇ ਤੁਸੀਂ ਪਲੇਲਿਸਟ ਦੇਖ ਲਓ ਕੱਲੇ-ਕੱਲੇ ਸਬਜੈਕਟ ਦੀ ਬਣੀ ਹੋਈ ਹੈ ਕਰੰਟ ਅਫੇਅਰਸ ਦੀ ਹੈ ਮੌਕ ਟੈਸਟ ਹੁਣ ਤੱਕ 8 ਪਾ ਚੁੱਕੇ ਆਂ ਪੰਜਾਬੀ ਦੀ ਹੈ ਹੋਰ ਵੀ ਵੀਡੀਓਜ਼ ਪਾਉਣੀਆਂ ਪੰਜਾਬੀ ਦੀਆਂ ਮੈਂ ਕੰਪਿਊਟਰ ਦੀਆਂ 25 ਵੀਡੀਓਜ਼ ਪੈ ਚੁੱਕੀਆਂ ਜੀਕੇ ਦੀਆਂ 28 ਵੀਡੀਓਜ਼ ਐਗਰੀਕਲਚਰ ਦੀਆਂ 22 ਵੀਡੀਓਜ਼ ਤੇ ਕੋਮਨ ਪਲੇਲਿਸਟ ਹੈ ਜਿਸ ਦੇ ਵਿੱਚ 120 ਵੀਡੀਓਜ਼ ਪੈ ਚੁੱਕੀਆਂ ਹਨ ਤੱਕ ਪਟਵਾਰੀ ਦੀਆਂ ਸਿਰਫ ਠੀਕ ਹੈ ਆ ਦੇਖੋ ਮੈਂ ਟੋਪਿਕ ਵਾਈਜ਼ ਤੁਹਾਡੀ ਜਿਹੜੀ ਤਿਆਰੀ ਕਰਵਾ ਰਿਹਾ ਏ ਠੀਕ ਹੈ ਇਸ ਦੇ ਵਿੱਚ ਐਗਰੀ ਐਗਰੀਕਲਚਰ ਇੰਸਟੀਟਿਊਸ਼ਨ ਇੰਸਟੀਟਿਊਸ਼ਨਸ ਜੋ ਵੀ ਹੈ ਉਹ ਸਾਰੇ ਮੈਂ ਕਵਰ ਕਰੇ ਹੋਏ ਆ ਐਗਰੀਕਲਚਰ ਇੰਸਟੀਟਿਊਸ਼ਨ ਤੁਹਾਨੂੰ ਪੇਪਰ ਵਿੱਚ ਆਉਣਾ ਹੀ ਆਉਣਾ ਇੱਕ ਦੋ ਕੁਐਸਚਨ ਸੋ ਉਹ ਤੁਸੀਂ ਸਾਰੇ ਦੇਖ ਲਿਓ ਤਾਂ ਹੀ ਮੈਂ ਕਹਿੰਨਾ ਹੁੰਨਾ ਕਿ ਤੁਸੀਂ ਸਾਰੀਆਂ ਵੀਡੀਓਜ਼ ਦੇਖੋ ਤਾਂ ਜੋ ਤੁਹਾਡਾ ਕੋਈ ਵੀ ਟੋਪਿਕ ਮਿਸ ਨਾ ਹੋਵੇ ਕਿਉਂਕਿ ਟੋਪਿਕ ਵਾਈਜ਼ ਮੈਂ ਸਾਰੇ ਕੁਐਸਚਨ ਤਿਆਰ ਕੀਤੇ ਹੋਏ ਆ ਜੋ ਤੁਹਾਡੇ ਪੇਪਰ ਵਿੱਚ ਆਉਣੇ ਆ ਠੀਕ ਹੈ ਚਲੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਮੌਕ ਟੈਸਟ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ